पाली किधर गया गा? मैं फोन लाया सी, उन्हें चक्या नी। खेत गया होना, होर किथे? अच्छा, मैनू तो ना इन्नी संग लगे आई नू अड्डे तो उतर के मसा आ जांगी। माड़ा पिछे भी देखा कर, काम कार इना करे बेबे हुण किन्ना क करी जाऊगी। चल कोई नी, आ तां गई, हुण आपे कर लू, हुण आपां डक्का नी करदे। जा भाई, जा चाह करके तां दे दे आई भरजाई नूं। कुट तू कर दे बेबे, मैनूं नी पता। देख ले। चल बेबे कोई ना, मैं चेंज करके ना आपी चाह बना लैनी हैगी। चल चंगा पुत कर। ठीक है। मेनू ना कहा करो, सामने बना दे चाह। मैं सदा नहीं रहना है, मगरों यही भाई भरजाई कम आउणगे तेरे मर दियां गल्लां। तेरी तां राम कहानी यही नहीं मुकदी, तेरे कोल तां बैठन च घट है। लै ना बैठा कर, घट है बैठन च नाले होर। बेबे आ गई रणदीप? हां आ गई। अच्छा आ गई। हां हां, अंदर चाह बनाई जांदी रसोई च। अच्छा चाह बनाई दे, ठीक है। टाइम नाल ही आ गई सी? हां हां, हुण तां किन्ना चिर हो गया आई नूं। अच्छा, मैनूं तां उत्थे टाइम लग गया सी, खेत मुंडे बैठे सी उहनां कोले बहि गया फिर। अच्छा, मैं कहा चल 10 मिंट बहि जांदे आ, ता ही नहीं गया उहनूं लैण। ओह मैं इत्थों आई नहीं गया बेबे, फिर मैं ना तां उत्थे कहण जोगरा सी, मैं जाणा है। मैं कहा चल 10 मिंट बैठे आ, कोई नहीं घरी जाणा, भग जांगे। होर उंजे करदी सी, मुंहां दी मैनूं लैण वी नहीं गया हैगा। अच्छा हां, फिर भग जांदा जे फोन आ ही तेरे कोले। फोन तां बेबे जद तक लग्गिया लुग्गिया नहीं होणा, फोन नहीं आया मेरे कोले। ओहदी मैं फोन करिया सी, मैं आ गई अड्डे जसपाल चाहिए। रणदीप आ जा, तेरे भरा आया कुड़े मिल ला के। ਹੋਰ ਵੀਰੇ ਕਿਵੇਂ ਆ? ਹੋਰ ਮਾਸੀ ਠੀਕ ਆ? ਹਾਂ ਠੀਕ ਆ। ਮਤਲਬ ਅੱਛਾ, ਉਸ ਆ ਗੋਡਿਆਂ ਜਾਂ ਮੈਨੂੰ ਤਕਲੀਫ ਆ, ਹੋਰ ਤਾਂ ਮੈਨੂੰ ਕੋਈ ਉਹ ਨਹੀਂ ਹੈਗੀ। ਅੱਛਾ ਅੱਛਾ, ਆ ਲੋ ਜੀ। ਹੋਰ ਵੀਰੇ ਵਿਆਹ ਦੀਆਂ ਤਿਆਰੀਆਂ ਹੋ ਗਈਆਂ? ਹਾਂ ਭੈਣੇ, ਬਸ ਹੁਣ
ਤਿਆਰੀਆਂ ਤਾਂ ਹੋ ਗਈਆਂ ਕਾਰਡ ਹੀ ਰਹਿੰਦੇ ਇਕੱਲੇ ਬੰਨਣ ਵਾਲੇ ਅੱਛਾ ਤੇ ਹੋਰ ਸਾਰੇ ਕੱਪੜੇ ਲੀੜਾ ਖਰੀਦ ਲਿਆ ਹੈ ਹਾਂ ਹਾਂ ਚਲ ਇਹ ਤਾਂ ਵਿਆਹ ਦਿਨ ਦੇ ਦਿਨ ਤੱਕ ਨਹੀਂ ਮੁੱਕਦੀਆਂ ਤਿਆਰੀਆਂ ਤਾਂ ਤੇ ਲੈ ਬੇਬੇ ਮੈਨੂੰ ਫੜਾ ਦੇ ਮੈਂ ਧਰਦਾ ਨਹੀਂ ਚਲ ਚੰਗਾ ਭੈਣੇ ਅਸੀਂ ਚੱਲਦੇ ਹਾਂ ਤੇ ਵਿਆਹ ਤੇ ਜ਼ਰੂਰ ਆਇਓ ਜ਼ਰੂਰ ਆਵਾਂਗੇ ਵੀਰੇ ਵਿਆਹ ਤਾਂ ਇਹੋ ਜੀ ਕਿਹੜੀ ਗੱਲ ਹੈ ਹਾਂ ਮਾਸੀ ਸਾਰੀ ਆਇਓ ਮਾਸੀ ਸਾਰੇ ਜ਼ਰੂਰ ਆਵਾਂਗੇ ਠੀਕ ਆ ਚੰਗਾ ਭੈਣੇ ਫਿਰ ਚੱਲਦੇ ਹਾਂ ਚੰਗਾ ਚੰਗਾ ਮਾਸੀ ਚੰਗਾ ਜੀ रणदीप दे ताए दी कुड़ी दा ना नू 15 दिन ता होए ने हजे आई नू है हुण फेर ब्याह लेके आ गए कहिंदा कुछ ना कुछ आउंदा ही रहिंदा फिर आउंदे ही हुंदे ने बस दे घर सारा कुछ हुंदा है लाणा पता किड्डा वड्डा हैगा ਜਿਵੇਂ ਸੋਚੀ ਆਈ ਤੇਰੀ ਦਾਦੀ ਮੇਰੇ ਨਾਲ ਕਰਦੀ ਰਹੀ ਬਥੇਰਾ ਕੁਛ ਕੀਤਾ ਸਾਡਾ ਲਾਣਾ ਵੀ ਵਾਧੂ ਸੀ ਤੇਰੇ ਨਾਨਕਿਆਂ ਦਾ ਤੇ ਜਦੋਂ ਮੈਨੂੰ ਉਹ ਲੈਣ ਆਉਂਦੇ ਜਾਂ ਕੋਈ ਮੈਨੂੰ ਵਿਆਹ ਤਿਆਰ ਦੇਣ ਆਉਂਦੇ ਜਾਂ ਮੈਨੂੰ ਵਿਆਹ ਸ਼ਾਦੀ ਤੇ ਬੁਲਾਉਂਦੇ ਚਾਚੇ ਤਾਏ ਸਾਰੇ ਬੁਲਾਉਂਦੇ ਸੀਗੇ ਵਰਤਦੇ ਸੀ ਵਧੀਆ ਤੇ ਉਹਦੀ ਔਖੀ ਹੋ ਜਾਂਦੀ ਤੇਰੀ ਦਾਦੀ ਉਹਦੀ ਔਖੀ ਹੋ ਜਾਂਦੀ ਮੈਂ ਤਾਂ ਆਪ ਠਾਦੀ ਤੋੜ ਕੇ ਹੁਣ ਕੋਈ ਨਹੀਂ ਆਉਂਦਾ ਜਾਂਦਾ ਹੁਣ ਠੰਡੀ ਛਿੜੀ ਹੋ ਗਈ ਉਹ ਮੇਰੀ ਗੱਲ ਸੁਣ ਬੇਬੇ ਜੇ ਇਹੀ ਹਾਲ ਰਿਹਾ ਨਾ ਕੱਲ ਨੂੰ ਤਾਂ ਤੂੰ ਮੈਨੂੰ ਤਾਂ ਵਿਆਹ ਕੇ ਤੋੜ ਦੇਂਗੀ ਹੈ ਤੇ ਤੂੰ ਕਿਵੇਂ ਕਰਿਆ ਕਰੇਂਗੀ ਗੋਡਿਆਂ ਦੇ ਤਾਂ ਤੂੰ ਪਹਿਲਾਂ ਹੀ ਤੰਗ ਹੈ ਕਿਵੇਂ ਕਰਿਆ ਕਰੇਂਗੀ ਘਰ ਦਾ ਕੰਮ ਕੋਈ ਨਹੀਂ ਕਰ ਲਿਆ ਕਰੂੰਗੀ ਕੁਛ ਨਹੀਂ ਹੁੰਦਾ ਫਿਰ ਮੈਂ ਮੇਰੇ ਨਾਲ ਜਿਹੜੀ ਹੋਈ ਹੈ ਮੈਂ ਆਪਦੀ ਨੂੰਹ ਨਾਲ ਤਾਂ ਹੋਣ ਨਹੀਂ ਦਿੰਦੀ ਹੈਗੀ ਮੈਨੂੰ ਕੀ ਤੂੰ ਹੀ ਔਖੀ ਹੋਏਗੀ ਚਮਲਾਈ ਜਾਂਦੀ ਆ ਉਹਨੂੰ ਆਹ ਦੇਖ ਲੈ ਬੇਬੇ ਮੱਗਰ ਬਾਬੇ ਕੇ ਉਹਨਾਂ ਦੀ ਵੱਡੀ ਨੂੰਹ ਤਾਂ ਕਿੰਨੀ ਸਿਆਣੀ ਆ ਆ ਜਿਹੜਾ ਹੁਣ ਵਿਆਹਿਆ ਸੀ ਪਿੱਛੇ ਜੇ ਮੁੰਡਾ ਆਹੋ ਰੋਜ਼ ਨਿੱਤ ਪੇਕਿਆਂ ਦਾ ਹੀ ਕਰੀ ਜਾਂਦੀ ਰੋਜ਼ ਜਾਂਦੀ ਰਹਿੰਦੀ ਸੀ ਉੱਥੇ ਹੁਣ ਦੇਖ ਲੈ ਪੱਟਿਆ ਗਿਆ ਘਰ ਜਿਹਨੂੰ ਪੇਕਿਆਂ ਦੀ ਚੱਸ ਹੋਵੇ ਨਾ ਉਹ ਨਹੀਂ ਬਸਦੀ ਹੁੰਦੀ ਕਦੇ ਵੀ ਮੈਨੂੰ ਕਿਸੇ ਮਤਵਲ ਨਹੀਂ ਕਿਸੇ ਮੱਗਰ ਦੀ ਨੂੰਹ ਹੋਵੇ ਕੋਈ ਕੁਛ ਹੋਵੇ ਚਾਹੇ ਮੈਨੂੰ ਉਹਨਾਂ ਤਾਂ ਕੋਈ ਮਤਵਲ ਨਹੀਂ ਮੈਨੂੰ ਤਾਂ ਮੇਰੀ ਨੂੰਹ ਤਾਂ ਹੀ ਮਤਵਲ ਹੈ ਉਹੀ ਸਾਂਭਣਗੇ ਮੈਨੂੰ ਤਾਂ ਜਦੋਂ ਬਹਿਗੀ ਮੰਜੇ 'ਤੇ ਬੈਠੀ ਪਈ ਮੇਰੇ ਤਾਂ ਗੋਡੇ ਖੜੇ ਪਏ ਹੈਗੇ ਕਰੀ ਜਾ ਮਨ ਆਈ ਹੈ ਮੈਨੂੰ ਕੀ ਹੈ ਕਰੀ ਜਾ ਜਦੋਂ ਤੂੰ ਬਹਿਗੀ ਪਤਾ ਸਾਰਾ ਲੱਗ ਜੂ ਹੁਣੀ ਤੈਨੂੰ ਗੱਲਾਂ ਆਉਂਦੀਆਂ ਨੇ ਤੇਰੀ ਸੱਸ ਤੇਰੀ ਨਣਦ ਤੈਨੂੰ ਆਉਣ ਨਾ ਦੇਵੇ ਤੇਰੇ 'ਤੇ ਕੀ ਬੀਤੂਗੀ ਤੂੰ ਮੈਨੂੰ ਐਂ ਦੱਸ ਮੈਂ ਰੋਜ਼ ਦਾ ਗੇੜਾ ਥੋੜ੍ਹੀ ਰੱਖੂੰਗੀ ਫਿਰ ਕਦੇ ਆਇਆ ਕਰੂੰਗੀ ਤੇ ਫਿਰ ਉਹ ਕਿਹੜਾ ਰੋਜ਼ ਜਾਂਦੀ ਹੈ ਉਹੀ ਗੱਲ ਵਿਆਹ ਤੇ ਜਾਂਦੀ ਹੈ ਤਾਂ ਜਨਮ ਦਿਨਾਂ ਤੇ ਤੈਨੂੰ ਹੋਇਆ ਕੀ ਪਿਆ ਹਜੇ ਰੋਜ਼ ਨਹੀਂ ਹੈਗਾ ਬੇਬੇ ਤੂੰ ਆਪ ਸਿਆਣੀ ਹੈ ਦੇਖਦੀ ਨਹੀਂ ਹੈਗੀ ਤੂੰ ਲਾਣਾ ਵੱਡਾ ਫਿਰ ਕਿਸੇ ਕਦੇ ਕਿਸੇ ਦਾ ਆ ਗਿਆ ਕਦੇ ਕਿਸੇ ਦਾ ਆ ਗਿਆ ਫਿਰ ਜਾਣਾ ਪਊਗਾ ਗੱਲ ਸੁਣ ਪਾਲੀ ਹਾਂ ਬੇਬੇ ਉਰੇ ਆ ਆਉਣਾ ਬੇਬੇ ਆਉਣਾ ਹਾਂ ਦੱਸ ਬੇਬੇ ਕੀ ਕਹਿਣੀ ਆ ਆ ਬਹਿ ਜਾ ਇੱਥੇ ਬਹਿ ਗਿਆ ਮੈਂ ਤਾਂ ਆ ਕੁੜੀ ਨੂੰ ਤੂੰ ਸਮਝਾ ਦੇ ਮੈਂ ਤਾਂ ਥੱਕ ਗਈ ਸਮਝਾ ਕੇ ਕੀ ਹੋ ਗਿਆ ਬੇਬੇ ਆਦੀ ਭਰਜਾਈ ਨਾਲ ਮਿੜੀ ਕਿਰਦੀ ਰਹਿੰਦੀ ਆ ਉਹਨੇ ਰਣਦੀਪ ਨਾਲ ਗੱਲ ਕਰ ਸੁਣ ਲਈ ਕੀ ਗੱਲ ਆ ਭਾਈ ਮੈਨੂੰ ਮੇਰੇ ਨਾਲ ਕਰ ਗੱਲ ਕੀ ਗੱਲ ਬਾਤ ਹੈ ਬਾਈ ਤੁਸੀਂ ਆਪ ਹੀ ਦੇਖੋ ਰੋਜ਼ ਪੇਕ ਕੇ ਤਰੀ ਫਿਰਦੀ ਰਹਿੰਦੀ ਹੈ ਅੱਛਾ ਸਾਨੂੰ ਵੀ ਪਤਾ ਹੋਣਾ ਚਾਹੀਦਾ ਬਾਈ ਬੇਬੇ ਦੇ ਗੋਡਿਆਂ ਦਾ ਕੀ ਹਾਲ ਹੈ ਫਿਰ ਇਹ ਤਾਂ ਕੱਲੀ ਤੋਂ ਕੰਮ ਨਹੀਂ ਹੁੰਦਾ ਉਹ ਤੂੰ ਮੇਰੀ ਗੱਲ ਸੁਣ ਭਾਈ ਪੇਕ ਕੇ ਤਾਂ ਹੁਣ ਉਹਨੇ ਜਾਣਾ ਹੀ ਹੈ ਜਦੋਂ ਉਹਨਾਂ ਦਾ ਲਾਣਾ ਵੱਡਾ ਇੱਕ ਤਾਂ ਇੱਕ ਭਾਈ ਜਦੋਂ ਹੁਣ ਪ੍ਰੋਗਰਾਮ ਕੋਈ ਆਉਂਦਾ ਜਾਂਦਾ ਰਹਿੰਦਾ ਪ੍ਰੋਗਰਾਮ ਤੇ ਤਾਂ ਭਾਈ ਫਿਰ ਉਹਨੇ ਜਾਣਾ ਹੀ ਹੈ ਪੇਕੀਆਂ ਆਪਦੇ ਬਈ ਤੀਜੇ ਦਿਨ ਪ੍ਰੋਗਰਾਮ ਇੰਨਾ ਥੋੜੀ ਜਾਂਦਾ ਹੁੰਦਾ ਕੋਈ ਆਪਾਂ ਦੂਜਿਆਂ ਦੀਆਂ ਨੋਹਾਂ ਵੀ ਦੇਖਦੇ ਆਂ ਆਲੇ ਦੁਆਲੇ ਆਪਣੇ ਨੋਹਾਂ ਨਹੀਂ ਰਹਿੰਦੀਆਂ ਆਲੇ ਦੁਆਲ 'ਚ ਹੁਣ ਤੀਜੇ ਦਿਨ ਦੀ ਗੱਲ ਸੁਣ ਲੈ ਭਾਈ ਹੁਣ ਤੂੰ ਜਦੋਂ ਵਿਆਹੀ ਗਈ ਹੁਣ ਆਪਣੇ ਕੋਈ ਪ੍ਰੋਗਰਾਮ ਹੋਊਗਾ ਤੂੰ ਤਾਂ ਵੀ ਆਵੇਂਗੀ ਠੀਕ ਹੈ ਜੇ ਕੋਈ ਚਾਚੇ ਕੇ ਪ੍ਰੋਗਰਾਮ ਹੋਊਗਾ ਫਿਰ ਵੀ ਆਵੇਂਗੀ ਜੇ ਤਾਏ ਕੇ ਪ੍ਰੋਗਰਾਮ ਹੋਊਗਾ ਤੂੰ ਫਿਰ ਵੀ ਆਵੇਂਗੀ ਜੇ ਕੋਈ ਆਪਣੀ ਭਾਈ ਰਿਸ਼ਤੇਦਾਰੀ 'ਚ ਕੋਈ ਨਾਨਕੇ ਜਾਂ ਭੂਆ ਦੇ ਕੋਈ ਪ੍ਰੋਗਰਾਮ ਆ ਉੱਥੇ ਵੀ ਤੂੰ ਆਵੇਂਗੀ ਸਾਰੇ ਕਿਤੇ ਨਾਲ ਜਾਵੇਂਗੀ ਸਾਡੇ ਐਂ ਤਾਂ ਠੀਕ ਹੈ ਬਾਈ ਤੁਹਾਡੀ ਗੱਲ ਫਿਰ ਤੂੰ ਐਂ ਦੱਸ ਜੇ ਹੁਣ ਅਸੀਂ ਚਾਚੇ ਦੇ ਮੁੰਡੇ ਦਾ ਵਿਆਹ ਤੇ ਤੈਨੂੰ ਉਹ ਕਾਰਡ ਦੇਣ ਵਾਗੇ ਤੂੰ ਫਿਰ ਆਪਦਾ ਰਹਿ ਜਾਏਂਗੀ ਉੱਥੇ ਐਂ ਤਾਂ ਹੁਣ ਜਾਣਾ ਪੈਂਦਾ ਹੀ ਹੈ ਫਿਰ ਆਈ ਫਿਰ ਆਈ ਮੈਂ ਕਹਿੰਦੀ ਇਹਨੂੰ ਸਮਝਾ ਤੱਕ ਲਈ ਪੁੱਤ ਮੈਂ ਤਾਂ ਇਹਨੂੰ ਭਾਈ ਤੂੰ ਨਿਆਣੀ ਮਤ ਨਾ ਵਰਤਿਆ ਕਰ ਹਜੇ ਤੈਨੂੰ ਇਹ ਗੱਲਾਂ ਅੱਗੇ ਜਾ ਕੇ ਪਤਾ ਲੱਗੂਗਾ ਜਦੋਂ ਤੂੰ ਵਿਆਹੀ ਗਈ ਫਿਰ ਤੈਨੂੰ ਪਤਾ ਲੱਗੂਗਾ ਵੀ ਪੇਕਿਆਂ ਦਾ ਮੂੰਹ ਕੀ ਹੁੰਦਾ ਤੇ ਪੇਕਿਆਂ ਦੀ ਕਿਹੜੀ ਰਿਸ਼ਤੇਦਾਰੀ 'ਚ ਜਾਈਦਾ ਹੁੰਦਾ ਤੇ ਕਿਹੜੀ 'ਚ ਛੱਡੀਦਾ ਹੁੰਦਾ ਗੱਲ ਸੁਣ ਪੁੱਤ ਮੇਰਾ ਕੀ ਹੈ ਮੈਂ ਕਿਹੜਾ ਸਦਾ ਹੀ ਬੈਠੀ ਰਹਿਣਾ ਮੈਂ ਤਾਂ ਅੱਜ ਮਰੀ ਭਲਕੇ ਦੂਜਾ ਦਿਨ ਵਰਤਣਾ ਤਾਂ ਤੈਨੂੰ ਇਸੇ ਭਾਈ ਭਰਜਾਈ ਨਾਲ ਹੀ ਪੈਣਾ ਗੱਲ ਤਾਂ ਤੇਰੀ ਠੀਕ ਹੈ ਬੇਬੇ ਪਰ ਮੈਂ ਤਾਂ ਬੇਬੇ ਇਹ ਗੱਲ ਸੋਚੀ ਨਹੀਂ ਫਿਰ ਹੁਣ ਤਾਂ ਤੈਨੂੰ ਕਹਿਦੀ ਕਹੇ ਤੋਂ ਤਾਂ ਮੰਨ ਲਿਆ ਕਰ ਸੋਚ ਲਿਆ ਕਰ ਵੀ ਮੈਨੂੰ ਚੰਗੇ ਵਾਸਤੇ ਕਹਿੰਦੀ ਆ ਮਾਂ ਗੱਲ ਤਾਂ ਤੇਰੀ ਠੀਕ ਹੈ ਬੇਬੇ ਸਮਾਂ ਦੀ ਭਾਈ ਤੂੰ ਐਂ ਕਰਿਆ ਕਰ ਜਦੋਂ ਪੇਕੀ ਜਾਂਦੀ ਹੁੰਦੀ ਹੈ ਨਾ ਮੈਨੂੰ ਪਤਾ ਤੂੰ ਬੇਬੇ ਨਾਲ ਸਾਰਾ ਦਿਨ ਲੜਦੀ ਰਹਿਣੀ ਹੈ ਮੈਥੋਂ ਆਹ ਕੰਮ ਨਹੀਂ ਹੁੰਦਾ ਮੈਥੋਂ ਆਹ ਕੰਮ ਨਹੀਂ ਹੁੰਦਾ ਸਮਾਂ ਦੀ ਤੂੰ ਐਂ ਆਖਿਆ ਕਰ ਉਹਦੀ ਭਾਬੀ ਨੂੰ ਵੀ ਭਾਬੀ ਤੂੰ ਜਾ ਪੇਕੀ ਕੋਈ ਗੱਲ ਨਹੀਂ ਮੈਂ ਸਾਰਾ ਕੰਮ ਆਪੇ ਸਾਂਭੂਗੀ ਮਗਰੋਂ ਜਿਹੜੀ ਕਿ ਗਾਹਾਂ ਤੇਰੀ ਨੰਦ ਵੀ ਤੈਨੂੰ ਆਖਿਆ ਕਰਿਆ ਹੈ
ਸਹੀ ਗੱਲ ਆ ਬਾਈ ਸੋਡੀ ਮਾਂ ਕਿੰਨਾ ਚਿਰ ਬੈਠੀ ਰਹੂਗੀ ਮੇਰੇ ਤਾਂ ਸੋਡੇ ਨਾਲ ਹੀ ਪੇਕੇ ਨੇ ਫਿਰ ਫਿਰ ਉਹੀ ਤਾਂ ਹੈ ਜੇ ਤੂੰ ਐਂ ਕਿਹਾ ਕਰ ਸਮਾਂ ਭਾਬੀ ਮੈਂ ਹੈਗੀ ਤੂੰ ਜਾਇਆ ਉਹ ਖੁਸ਼ ਹੋ ਜਾ ਕਰੂ ਇੰਨੇ ਨਾਲ ਹੀ ਠੀਕ ਹੈ ਬੇਬੇ ਮੈਂ ਭਾਬੀ ਨੂੰ ਆਵਾਜ਼ ਮਾਰਦੀ ਭਾਬੀ ਹਾਂ ਮਨਾ ਉਰੇ ਆਓ ਭਾਬੀ ਮੇਰੇ ਕੋਲ मैं बेबे बारे भी नहीं सोचती सी हुण बेबे ने किन्ना चिर रहना इत्थे एक दिन तां बेबे ने भी तुर जाना इस जहान तो हाँ ये तो है अमन पर मैं तो ना तेनू आपदियां छोटियां भैणां वांगू मानदी आ कोई गल नहीं चल जे तेथों कोई गलती होगी चल हुण तां तेनू अकल आ गई हाँ भाभी देख मेरे पेके ना सोडे नाल ही है ना सोडे कोल ही आउंदा रहना बेबे किन्ना कु चिर है मैं हाँ, हाँ, मेरे तां हुण दिमाग च आई है गल मेरे पता नहीं की ठीकरा मुद्दा वज गया सी अकल ते ना चल कोई ना अमन हुण अगे तो सियाणी बन के रह कोई गल नहीं ठीक है जिहड़ियां गलतियां हो गईयां ना मैं माफ कीतियां ठीक है भाई तुसीं भी माफ कर दो मैं भाभी नाल बितकरा करदी रही वाला ना कोई गल नहीं भाई तेनू सब कुछ जवाकड़ी करके तेन गलां दा नहीं पता सी तेनू हुण पता लग गया सारी गल दा बस तू आपदी भाभी नाल रल मिल के रहया कर ते कम धंधे इकट्ठिया करया करो चल अमन हुण तू भी सूट सियाने दे दे आपां ब्याह इकट्ठे चलांगे ठीक है बेबे सारा वधिया हो गया सारा परिवार चलांगे ब्याह आपां इकट्ठे चलांगे सारे आपां चलो ठीक है मैं सोडे वास्ते ना चाह बनाउनी है ते नाले करना करन पकौड़े मैं बनाउनी है जी मैं बनाऊं चाह मैं बनाउनी है सुन चाह चल आहो बना चाह बना ठीक है चलो अज तो अमन की बनी हाथ की बनी चाह पीवांगे चलो ठीक है हाँ जी साडे वालों सारे नू प्यार भरी सत श्री अकाल जी हुणे हुणे जिहड़ी साडी वीडियो देखी ओह किवें लगी लाइक कमेंट शेयर करो जी नाले चैनल नू वध तों वध सबसक्राइब करो।